अस्सलाम वालेकुम दोस्तों, आपका अपना भाई आज एक नई वीडियो के साथ हाजिर खिदमत है। उम्मीद करता हूँ कि मेरे तमाम कबूतर परवर भाई बखैरियत से होंगे। दोस्तों, उस्ताद शायद पाक पतन शरीफ से, जिनकी इससे पहले हमने 3 वीडियो लगाई हैं, ये इनकी 4थी वीडियो और आखिरी वीडियो है। दोस्तों, इनके बहुत अल और म्यारी कबूतर हैं और आप ने इनके कबूतरों का शौक़ किया जो बकाया रह गया, इस वीडियो में इंशाल्लाह हम आपको सब शौक करवा देंगे। दोस्तों, हमारी वीडियो अच्छी लगी हो तो लाइक एंड शेयर कीजिएगा, चैनल को सब्सक्राइब करें, बेल आइकॉन के बटन को प्रेस करें ताकि हमारी नई आने वाली वीडियो को बआसानी देख सकें। और दोस्तों, कमेंट्स में अपनी राय का इजहार ज़रूर किया करें ताकि हमारी हौसला अफजाई हो सके। चलिए दोस्तों, वीडियो की तरफ। माशाल्लाह, बहुत ਜਿਹੜਾ ਮਤਲਬ ਅੱਖ ਤੋਂ ਕਲੀਅਰ ਹੋਵੇ ਉਂਝੇ ਬਣਾਵਟ ਬੜੀ ਖੂਬਸੂਰਤ ਆਵੇ ਉਹਨੂੰ ਅਸੀਂ ਅੱਖ ਲੋਕ ਕਿੰਨੀ ਮਾਸ਼ਾਅੱਲਾ ਖੂਬਸੂਰਤ ਹੈ ਇਹਦੀ ਉਹਦਾ ਬੱਚਾ ਵੀ ਲਈ ਜ਼ਰਾਰ ਆ ਫਿਰ ਹੈ ਸਖਤੀ ਕੰਮ ਦਿੰਦਾ ਕਿਉਂਕਿ ਇੱਥੇ ਉਹ ਚੀਜ਼ ਨਹੀਂ ਨਾ ਆਏਗੀ ਵੀ ਉਹਨੇ ਫੜ ਲਿਆ ਤਾਂ ਦੱਸ ਦਿਆ ਇਹ ਵੀ ਇਹਨਾਂ ਦੇ ਵਿੱਚੋਂ ਜੀ ਨਾਲ ਉਹਨਾਂ ਨੂੰ ਫੜ ਲਈ ਸ਼ਾਇਦ ਉਹ ਕਬੂਤਰ ਜਿਹੜਾ ਪੋਲ ਕਰ ਰਿਹਾ ਉਹ ਕੰਮ ਨਹੀਂ ਦਿੰਦਾ ਕੰਮ ਨਹੀਂ ਦਿੰਦਾ ਬਾਹਰ ਨਹੀਂ ਦਿੰਦਾ ਇਹ ਵੇਖੋ ਜੀ ਇਹ ਕਬੂਤਰ ਜੀ ਜੀ ਬਹੁਤ ਸਰਦਾਰ ਵਾਲਾ सरदार सदीक लाटू जी मादी का शौक मादी लगी जी खूबसूरत
ਪੱਠੀ ਬਣ ਜੇ ਪੱਠਾ ਬਣ ਜੇ ਆਪਾਂ ਤੁਹਾਡੇ ਲਾ ਦਿੱਤੇ ਇਹ ਬਣੇਗੀ ਪੱਠੀ ਦੂਸਰਾ ਭਰਾ ਵੀ ਇਹਦਾ ਐਵੇਂ ਜੇ ਜੀ अच्छा दूसरा भरा भी हमें दूसरा भाई भी है तो ਤੁਸੀਂ ਇਹਨੂੰ ਭਾਈ ਐਵੇਂ ਕਿਵੇਂ ਕਤਰਿਆ ਹੋਇਆ ਜਿਹੜਾ ਭਾਵੇਂ ਇਹਨਾਂ ਤੋੜ ਸਕਦੇ ਅਸੀਂ ਇਹਨੂੰ ਖੋਲਣਾ ਨਹੀਂ ਅੰਦਰ ਨਵੇਂ ਕਰ ਅੱਛਾ ਅੱਛਾ ਟਿਆ ਜੀ ਕੋਈ ਭਰਾ ਮੰਗਣਾ ਲਵੇ ਤਾਂ ਜਿਹੜਾ ਸਰਦਾਰ ਸਦੀਕ ਆ ਕਬੂਤਰਾਂ ਦੇ ਵਿੱਚੋਂ ਉਹਦੀ ਪੱਠੀ ਮਾਸ਼ਾਅੱਲਾ ਭਾਈ ਕਰਾਮ ਜਿਹੜਾ ਹੈ ਨਾ ਇਹ ਸੈਟਅਪ ਬਹੁਤ ਪਿਆਰਾ ਬਣਾਇਆ ਹੈ ਅੰਦਰ ਉਹ ਤਾਂ ਜਾਣਦੀ ਕਿ ਜ਼ਰੂਰ ਇਹ ਕਬੂਤਰ ਅਸੀਂ ਮੁੱਲ ਲਿਆਂਦਾ 7000 ਦਾ ਕਿਹੜਾ ਇਹ ਕਬੂਤਰ ਜਦੋਂ ਪਕੜੀ ਗਿਆ ਸੀ ਨਹੀਂ ਅਸਲਾ ਵਾਲੀ ਚਿੱਟੀਆਂ ਇਹ ਕਿਹੜਾ ਕਬੂਤਰ ਇਹ ਜੀ ਆਪਣੇ ਕਰਦੇ ਆਂ ਚੋ ਕਰਦੇ ਆਂ ਬਾਬੂ ਕਬੂਤਰ ਵਾਲਾ ਇਹਨਾਂ ਦੇ ਬੈਠੇ ਅਜਾ ਸਾਈ ਆ ਕਬੂਤਰ ਦੀ ਕੀ ਤਾਰੀਫ ਹੈ ਜੀ ਕਬੂਤਰ ਜੀ ਅਸੀਂ ਵਸੀਰਪੁਰ ਤੋਂ ਲਿਆਂਦਾ ਜੀ ਮੁੱਲ ਕਬੂਤਰ ਲਿਆਂਦਾ 7000 ਦਾ ਅੱਛਾ ਜੀ ਇੰਡੀਆ ਦਾ ਕਬੂਤਰ ਇਹਨੇ ਮੋਹਰਾਂ ਵੀ ਹਿੰਦੀ 'ਚ ਲੱਗੀਆਂ ਹੋਈਆਂ ਸਨ ਸਹੀ ਮੋਢੇ ਤੇ ਲੱਗੀ ਸੀ ਤੇ ਇਹਨੇ ਬੱਚੇ ਬੱਚੇ ਕਢਾ ਤੇ ਉਡਾਏ ਨੇ ਕੋਨੇ ਨਹੀਂ ਜੀ ਹਾਲੇ ਤੱਕ ਐਸ ਗਰਮੀ ਦੇ ਵਿੱਚ ਸਟਾਰਟਿੰਗ ਤੇ ਮਤਲਬ ਇਹ ਫਿਰੋਜ਼ਪੁਰੀ ਕਬੂਤਰਾਂ ਦੇ ਉਦੋਂ ਉਹ ਸਾਈਡ ਤੇ ਜਿਹੜੇ ਨਾ ਲੈਲਪੁਰ ਤੇ ਉੱਥੋਂ ਦਾ ਕਬੂਤਰ ਸੀ ਮੋਹਰ ਲੱਗੀ ਸੀ ਸਮਿੰਦਰ ਸਿੰਘ ਜੀ ਕੀ ਨਾਮ ਅੱਛਾ ਜੀ ਆ ਮਾਦੀ ਹੈ ਤੇ ਤੁਸੀਂ ਮੁੱਲ ਲੈ ਕੇ ਆਏ ਸੀ ਇਹ ਤਾਂ ਬੱਚੇ ਬੱਚੇ ਨਹੀਂ ਕਢਾਏ ਜੀ ਹੁਣ ਲੈਂਦਾ ਜੀ ਹੁਣ ਸਿੱਧਾ ਆਇਆ ਤਾਂ ਹੁਣ ਸਿੱਧਾ ਬਦਰਾ ਕੀਤਾ ਇਹਨੂੰ ਦਵਾਈਆਂ ਦਵਾਈਆਂ ਦੇ ਕੇ ਨਾ ਜੀ ਠੀਕ ਭਾਈ ਕੋਈ ਨਹੀਂ ਆਈਏ ਇਹ ਕਿਹੜੇ ਕਬੂਤਰਾਂ ਚ ਇਹ ਵੀ ਨਹੀਂ ਮਨਸ਼ਾ ਅੱਛਾ ਜੀ ਇਹ ਦਿਵਾਰ ਦੀ ਕੀ ਇਹ ਨਹੀਂ ਮਨਸ਼ਾ ਦੇ ਛਿੱਟੀਆਂ ਖਾ ਲੈਣਾ ਕਬੂਤਰ ਵੇਖੇ ਹੀ ਰੱਖਣਾ ਲੈ ਲੈ ਰੱਖਦਾ ਸੀ ਅੱਛਾ ਜੀ ਇਹ ਵੀ ਕਬੂਤਰ ਸਾਡਾ ਉੱਡਿਆ ਹੈ ਜੀ ਬਹੁਤ ਮਾਸ਼ਾਅੱਲਾ ਕਾਂਡ ਕੇ ਤਾਂ ਦੂਸਰਾ ਸਾਲ ਅੱਛਾ ਦੂਸਰੇ ਸਾਲ ਉੱਡਿਆ ਪੀਰ ਜੀ ਦਾ ਸ਼ੌਕ ਰਹਿ ਆ ਮਾਦੀ ਤਾਂ ਅੰਦਰ ਲੈ ਲਓ ਪਹਿਲਾਂ ਦੀ ਐ ਆਂਦੀ ਮਾਦੀ ਚਿੱਟਿਆ ਅੱਛਾ ਇਸੇ ਚਿੱਟਿਆ ਕਰ ਲੈ ਹਾਂਜੀ ਇਹ ਕਬੂਤਰੀ ਚ ਕਰਾਸ ਹੈ ਜੀ ਸਰਦਾਰ ਵਾਲਾ ਸਰਦਾਰ ਸਦੀਕ ਵਾਲਾ ਅੱਛਾ ਜਿਹੜਾ ਉਹ ਕਬੂਤਰ ਸੀ ਉਹਦਾ ਕਰਾਸ ਹੈ ਜਾਂ ਕੋਈ ਹੋਰ ਜੀ ਉਹਦਾ ਹੀ ਕਰਾਸ ਹੈ ਲੇਕਿਨ ਬਹੁਤ ਕਬੂਤਰੀ ਦਾ ਗੱਲ ਤੇ ਆਪ ਖੁਦ ਬਹੁਤ ਉੱਡੀ ਅੱਛਾ ਆ ਵੀ ਉੱਡਦੀ ਰਹੀ ਸੀ ਬਹੁਤ ਉੱਡੀ ਮਾਸ਼ਾਅੱਲਾ कबूतर दूसरा डोर बच्चिया ने अंदर रास्ते डोर फिर गई मोडे मोडा सोच आई है ਅੱਛਾ ਉਹ ਤਾਂ ਗਿਫਟ ਆਏ ਨੇ ਹਾਂਜੀ ਇਹ ਜੋੜਾ ਸਾਨੂੰ ਗਿਫਟ ਕੀਤਾ ਹੈ ਜੀ ਜੁਬੈਰ ਸਖੇਰੇ ਨੇ ਸਹੀ ਕੋਈ ਲੜਕੀ ਵੀ ਲਗਾ ਆਹੋ ਖਾਣੇ ਆ ਸਾਜੀ ਜੀ ਦੇ ਸ਼ੌਕ ਨਾਲ ਜਿਹੜੇ ਮਤਲਬ ਪੱਠੀ ਪੱਠਾ ਬੰਨੇ ਨਾ ਅਗਰ ਖੂਬਸੂਰਤ ਲੈ ਫਿਰੇ ਅੱਛਾ ਇਹ ਉਸ ਮਾਦੀ ਨਾਲ ਨਾਲ ਲੱਗੇ ਇਹ ਜੋੜਾ ਤੋਂ ਜੋੜਾ ਗਿਫਟ ਆਇਆ ਹਾਂਜੀ ਜੋੜਾ ਦੇ ਗਿਫਟ ਆਇਆ ਤੇ ਬੱਚੇ ਬੱਚੇ ਨਹੀਂ ਉਡਾਏ ਨਹੀਂ ਨਹੀਂ ਹਾਲੇ ਹੋਣ ਤਾਂ ਲਿਆ ਜਾ ਤਕਰੀਬਨ ਦੋ ਜਿਵੇਂ ਪਹਿਲੇ ਆ ਚਿੱਟੀਆਂ ਵਾਲੇ ਦਾ ਭਰਾ ਉਹ ਕਿਹੜਾ ਚਿੱਟੀਆਂ ਤਾਂ ਕਾਂ ਤੇ ਅਸਲ ਉੱਡਿਆ ਨਾ ਲੈ ਪਰਸੋਂ ਰਾਤ ਉਹਦਾ ਭਰਾ ਆ ਗਿਆ ਦੇ ਚੰਗੀ ਗੁੱਟ ਦੇ ਸਟਾਰ ਆ ਲੋਕੀ ਲੈ